Good afternoon, students. My name is Rajvinder Kaur. I work in Baba Moni's Degree College as a computer lecturer. Today, we discuss will control statements. Uh, control statements in C. Uh, introduction. control statements are the statements which are used to control the flow of execution of instructions written in a program control statements jehdiyan statements hi hundiyan ne jehdiyan assi apne program de flow nu control karan de layi vartde ha jadon assi koi bhi ਪ੍ਰੋਗਰਾਮ ਐਗਜ਼ੀਕਿਊਟ ਕਰਵਾਣਾ ਹੁੰਦਾ ਤਾਂ ਉੱਤੇ ਜਿਹੜਾ ਹੈਗਾ ਉਸ ਪ੍ਰੋਗਰਾਮ ਦਾ ਜਿਹੜਾ ਫਲੋ ਹੈਗਾ ਉਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਦੈਨ ਉਸ ਕੰਟਰੋਲ ਨੂੰ ਫਲੋ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਕੰਟਰੋਲ ਸਟੇਟਮੈਂਟਸ ਜਿਹੜੀਆਂ ਹੈਗੀਆਂ ਉਹਨਾਂ ਦਾ ਯੂਜ਼ ਕਰਦੀਆਂ ਸਿੰਪਲੀ ਦਾ ਇਨਸਟਰਕਸ਼ਨਸ ਆਰ ਐਗਜ਼ੀਕਿਊਟਡ ਸੀਕੁਐਂਸ਼ਲੀ ਆਮ ਤੌਰ ਤੇ ਕੀ ਹੁੰਦਾ ਜੋ ਵੀ ਪ੍ਰੋਗਰਾਮ ਸਾਡਾ ਹੁੰਦਾ ਉਹ ਅਬ 1 ਬਾਈ 1 ਸਟੇਟਮੈਂਟ ਜਿਹੜੀਆਂ ਹੈ ਸੀਕੁਐਂਸ ਦੇ ਵਿੱਚ ਐਗਜ਼ੀਕਿਊਟਡ ਹੁੰਦੀ ਹੈ ਬਟ ਕਈ ਵਾਰੀ ਸਾਨੂੰ ਐਦਾਂ ਦੀ ਜ਼ਰੂਰਤ ਵੀ ਪੈਂਦੀ ਹੈ ਜਿੱਥੇ ਜਿਹੜਾ ਹੈਗਾਗਾ ਸਾਨੂੰ ਉਹਨਾਂ ਦਾ ਆਰਡਰ ਹੈ ਜਿਹੜਾ ਐਗਜ਼ੀਕਿਊਸ਼ਨ ਦਾ ਉਹ ਅੱਗੇ ਜਾਂ ਪਿੱਛੇ ਜਾਂ ਫਿਰ ਜਿਵੇਂ ਕਹਿ ਲਓ ਸਾਨੂੰ ਕੁਝ ਸਟੇਟਮੈਂਟਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਰਿਪੀਟ ਕਰਨ ਦੀ ਜ਼ਰੂਰਤ ਪੈ ਜਾਂਦੀ ਆ ਤਾਂ ਉੱਥੇ ਜਿਹੜਾ ਹੈਗਾ ਸਾਨੂੰ ਕੰਟਰੋਲ ਸਟੇਟਮੈਂਟਸ ਦੀ ਜ਼ਰੂਰਤ ਹੁੰਦੀ ਆ ਇਹਨਾਂ ਸਾਰੇ ਕੰਮ ਦੇ ਲਈ ਲਾਇਕਾ ਸੀ ਕੀ ਆ ਕਿਸੇ ਆਰਡਰ ਦੇ ਵਿੱਚ ਜਾਂ ਗਰੁੱਪ ਆਫ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਵਾਉਣ ਦੇ ਲਈ ਅਸੀਂ ਕੀ ਕੰਟਰੋਲ ਸਟੇਟਮੈਂਟਸ ਦਾ ਯੂਜ਼ ਕਰਦੇ ਹਾਂ ਤਾਂ ਅੱਗੇ ਸਾਡੇ ਕੋਲੇ ਜਿਹੜਾ ਹੈਗਾ ਕੰਟਰੋਲ ਸਟੇਟਮੈਂਟਸ ਦੀਆਂ ਟਾਈਪਸ ਆ ਜਾਂਦੀਆਂ ਨੇ ਹਾਂਜੀ ਟਾਈਪਸ ਆਫ ਕੰਟਰੋਲ ਸਟੇਟਮੈਂਟਸ ਤਾਂ ਇੱਥੇ ਸਾਡੇ ਕੋਲੇ 3 ਟਾਈਪਸ ਦੀਆਂ ਜਿਹੜੀਆਂ ਹੈਗੀਆਂ ਕੰਟਰੋਲ ਸਟੇਟਮੈਂਟਸ ਆ ਜਾਂਦੀਆਂ ਨੇ ਫਸਟ ਹੈਗੇ ਸਾਡੇ ਕੋਲੇ ਡਿਸੀਜਨ অর ਸਿਲੈਕਸ਼ਨ ਕੰਟਰੋਲ ਸਟੇਟਮੈਂਟਸ ਸੈਕੰਡ ਹੈਗੇ ਲੂਪਿੰਗ ਕੰਟਰੋਲ ਸਟੇਟਮੈਂਟ ਐਂਡ ਰਿਪੀਟਿਸ਼ਨ ਥਰਡ ਹੈਗੀ ਆ ਜੰਪਿੰਗ ਸਟੇਟਮੈਂਟਸ ਤਾਂ ਫਸਟ ਵਨ ਅਸੀਂ ਗੱਲ ਕਰਦੇ ਆਂਗੇ ਡਿਸੀਜਨ ਕੰਟਰੋਲ ਸਟੇਟਮੈਂਟਸ ਦੀ in this control statements there is an execution of a group of instructions depending upon the result of a decision decision control statements jehdi hai giyan eh ka ta depend kardiyan decision te ਠੀਕ ਹੈ ਜਦੋਂ ਅਸੀਂ ਗਰੁੱਪ ਆਫ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਵਾਉਣਾ ਹੈਗਾ ਤਾਂ ਉੱਥੇ ਸਾਨੂੰ ਕੀ ਹੈ ਡਿਸੀਜਨ ਦੇ ਅਕੋਰਡਿੰਗ ਹੀ ਸਾਡੇ ਕੋਲ ਜਿਹੜੀਆਂ ਸਟੇਟਮੈਂਟਸ ਹੈਗੀਆਂ ਉਹ ਐਗਜ਼ੀਕਿਊਟ ਹੋਣਗੀਆਂ ਤਾਂ ਡਿਸੀਜਨ ਕੰਟਰੋਲ ਸਟੇਟਮੈਂਟ ਸਾਡੇ ਕੋਲ ਅੱਗੇ 3 ਟਾਈਪਸ ਦੀਆਂ ਆ ਜਾਂਦੀਆਂ ਨੇ ਫਸਟ ਮੈਂ ਹੈਗੇ ਸਾਡੇ ਕੋਲੇ ਇਫ ਸਟੇਟਮੈਂਟ ਸੈਕੰਡ ਹੈਗੇ ਸਾਡੇ ਕੋਲ ਇਫ ਐਲਸ ਸਟੇਟਮੈਂਟ ਥਰਡ ਹੈਗੇ ਸਾਡੇ ਕੋਲੇ ਨੇਸਟਡ ਇਫ ਐਲਸ ਸਟੇਟਮੈਂਟ ਤਾਂ ਫਸਟ ਅਸੀਂ ਗੱਲ ਕਰਦੇ ਹਾਂ ਇਫ ਸਟੇਟਮੈਂਟ ਦੀ ਇਫ ਸਟੇਟਮੈਂਟ ਇਜ਼ ਦ ਮੋਸਟ ਸਿੰਪਲ ਡਿਸੀਜਨ ਕੰਟਰੋਲ ਸਟੇਟਮੈਂਟ ਇਫ ਸਟੇਟਮੈਂਟ ਕੀ ਹੈ ਸਿੰਪਲ ਡਿਸੀਜਨ ਕੰਟਰੋਲ ਸਟੇਟਮੈਂਟ ਆ ਇਹਦੇ ਵਿੱਚ ਕੀ ਹੁੰਦਾ ਅਸੀਂ ਫਸਟ ਜਿਹੜਾ ਹੈ ਗਾ ਕੰਡੀਸ਼ਨ ਚੈੱਕ ਕਰਦੇ ਆ ਦੈਨ ਕੀ ਹੈ ਸਾਡੇ ਕੋਲ ਸਟੇਟਮੈਂਟ ਬਲਾਕ ਜਿਹੜਾ ਹੈਗਾ ਉਹ ਐਗਜ਼ੀਕਿਊਟ ਹੁੰਦਾ ਸਿੰਟੈਕਸ ਸਾਡੇ ਕੋਲੇ ਕੀ ਆ ਇਫ ਕੀਵਰਡ ਲਾਵਾਂਗੇ ਅਸੀਂ ਦੈਨ ਕੀ ਆ ਅਸੀਂ ਕੰਡੀਸ਼ਨ ਲਾਵਾਂਗੇ ਦੈਨ ਫਿਰ ਸਾਡੇ ਕੋਲ ਕੀ ਸਟੇਟਮੈਂਟ ਬਲਾਕ ਹੋਊਗਾ ਇਹਦਾ ਇਸਦਾ ਸਿੰਟੈਕਸ ਦਾ ਕੀ मीनिंग ਹੈ ਪਹਿਲਾਂ ਜਿਹੜਾ ਹੈਗਾ ਸਾਡੇ ਕੋਲੇ ਕੰਡੀਸ਼ਨ ਚੈੱਕ ਹੋਊਗੀ ਫਸਟ ਅਗਰ ਕੰਡੀਸ਼ਨ ਟru ਹੁੰਦੀ ਆ ਦੈਨ ਸਾਡੇ ਕੋਲੇ ਜੋ ਅੱਗੇ ਸਟੇਟਮੈਂਟਸ ਬਲਾਕ ਦਿੱਤਾ ਹੋਇਆ ਉਹ ਐਗਜ਼ੀਕਿਊਟ ਹੋਊਗਾ ਆਦਰਵਾਇਜ਼ ਜਿਹੜਾ ਹੈਗਾ ਸਾਡੇ ਕੋਲੇ ਕੀ ਆ ਅਗਰ ਕੰਡੀਸ਼ਨ ਫਾਲਸ ਆਉਂਦੀ ਆ ਦੈਨ ਸਾਡੇ ਕੋਲੇ ਕੀ ਆ ਸਟੇਟਮੈਂਟ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਗਨੋਰ ਕੀਤਾ ਜਾਊਗਾ ਇਫ ਸਟੇਟਮੈਂਟ ਨੂੰ ਅਸੀਂ ਪਰੀ ਸਟੇਟਮੈਂਟ ਵੀ ਬੋਲ ਦਿੰਨੇ ਆ ਪਰੀ ਸਟੇਟਮੈਂਟ ਕਿਉਂ ਬੋਲ ਦਿੰਨੇ ਆ ਕਿਉਂਕਿ ਇਹਦੇ ਵਿੱਚ ਫਸਟ ਜਿਹੜੀ ਕੰਡੀਸ਼ਨ ਚੈੱਕ ਹੁੰਦੀ ਆ ਦੈਨ ਇਸ ਤੋਂ ਬਾਅਦ ਜਿਹੜਾ ਸਟੇਟਮੈਂਟ ਬਲਾਕ ਜਿਹੜਾ ਹੈਗਾ ਉਹ ਐਗਜ਼ੀਕਿਊਟ ਹੁੰਦਾ ਦੈਨ ਇਸ ਤੋਂ ਬਾਅਦ ਸੈਕੰਡ ਸਾਡੇ ਕੋਲੇ ਆ ਜਾਂਦਾ ਇਫ ਐਲਸ ਸਟੇਟਮੈਂਟ ਦਾ ਇਫ ਸਟੇਟਮੈਂਟ ਇ ਯੂਜ਼ ਟੂ ਐਗਜ਼ੀਕਿਊਟ ਅ ਸਿੰਗਲ ਸਟੇਟਮੈਂਟ ਔਰ ਗਰੁੱਪ ਆਫ ਸਟੇਟਮੈਂਟ ਵੈਨ ਦਾ ਕੰਡੀਸ਼ਨ ਇਜ਼ ਟ੍ਰੂ ਜਿਵੇਂ ਅਸੀਂ ਪਹਿਲਾਂ ਪੜ੍ਹ ਕੇ ਹੀ ਚੁੱਕੇ ਆ ਇਫ ਸਟੇਟਮੈਂਟ ਜਿਹੜੀ ਹੈਗੀ ਆ ਕਿਸੇ ਵੀ ਸਿੰਗਲ ਸਟੇਟਮੈਂਟ ਨੂੰ ਜਾਂ ਗਰੁੱਪ ਆਫ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਵਾਉਂਦੀ ਹੈ ਕਦੋਂ ਕਰਵਾਉਂਦੀ ਹੈ ਜਦੋਂ ਸਾਡੇ ਕੋਲੇ ਕੰਡੀਸ਼ਨ ਕੀ ਆਉਂਦੀ ਹੈ ਟ੍ਰੂ ਆਉਂਦੀ ਹੈ ਵੀ ਰਿਕੁਆਇਰਡ ਟੂ ਐਗਜ਼ੀਕਿਊਟ ਆ ਗਰੁੱਪ ਆਫ ਸਟੇਟਮੈਂਟਸ ਵੈਨ ਕੰਡੀਸ਼ਨ ਇਜ਼ ਫਾਲਸ ਤਾਂ ਕਈ ਵਾਰ ਸਾਨੂੰ ਉਰਨ ਸਟੇਟਮੈਂਟਸ ਨੂੰ ਵੀ ਐਗਜ਼ੀਕਿਊਟ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਜਦੋਂ ਸਾਡੇ ਕੋਲੇ ਕੀ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਤਾਂ ਉਸ ਪਰਪਸ ਦੇ ਲਈ ਅਸੀਂ ਕਿਹੜੀ ਯੂਜ਼ ਕਰਦੇ ਹਾਂ ਇਫ ਐਲਸ ਸਟੇਟਮੈਂਟ ਨੂੰ ਕੀ ਕਰਦੇ ਹਾਂ ਅਸੀਂ ਯੂਜ਼ ਕਰਦੇ ਹਾਂ ਸਿੰਟੈਕਸ ਦੇਖੋ ਆਪਾਂ ਇਹਦਾ ਪਹਿਲਾਂ ਇਫ ਇਫ ਦੇ ਵਿੱਚ ਕੰਡੀਸ਼ਨ ਦੇਵਾਂਗੇ ਇਸ ਤੋਂ ਬਾਅਦ ਸਟੇਟਮੈਂਟ ਬਲਾਕ ਐਲਸ ਸਟੇਟਮੈਂਟ ਬਲਾਕ ਦੇਖੋ ਇਹ ਵਰਕ ਕਿਵੇਂ ਕਰੂਗੀ ਫਾਲਸ ਸਟੇਟਮੈਂਟ ਸਾਡੇ ਕੋਲੇ ਪਹਿਲਾਂ ਇਫ ਇਫ ਦੇ ਵਿੱਚ ਕੰਡੀਸ਼ਨ ਚੈੱਕ ਹੋਊਗੀ ਜੇਕਰ ਕੰਡੀਸ਼ਨ ਟ्रू ਆਉਂਦੀ ਹੈ ਤਾਂ ਸਾਡੇ ਕੋਲੇ ਜਿਹੜਾ ਸਟੇਟਮੈਂਟ ਬਲਾਕ ਹੈਗਾ ਉਹ ਐਗਜ਼ੀਕਿਊਟ ਹੋਊਗਾ ਅਗਰ ਸਾਡੇ ਕੋਲੇ ਕੰਡੀਸ਼ਨ ਜਿਹੜੀ ਹੈਗੀ ਉਹ ਫਾਲਸ ਆਉਂਦੀ ਹੈ ਦੈਨ ਫਿਰ ਸਾਡੇ ਕੋਲੇ ਕੀ ਆ ਐਲਸ ਵਾਲਾ ਪੋਰਸ਼ਨ ਜਿਹੜਾ ਉਹ ਐਗਜ਼ੀਕਿਊਟ ਹੋਊਗਾ ਇਫ ਐਲਸ ਜਿਹੜੀ ਹੈਗੀ ਸਾਡੇ ਕੋਲੇ ਪੋਸਟ ਜਿਹੜੀ ਹੈਗੀ ਆ ਇਸ ਨੂੰ ਅਸੀਂ ਪੋਸਟ ਵੀ ਬੋਲ ਦਿੰਦੇ ਆ ਅੱਗੇ ਸਾਡੇ ਕੋਲੇ ਨੇਸਟਡ ਇਫ ਐਲਸ ਸਟੇਟਮੈਂਟ ਹੁਣ ਤੱਕ ਅਸੀਂ ਦੋਨੋਂ ਇਫ ਤੇ ਇਫ ਐਲਸ ਸਟੇਟਮੈਂਟ ਨਾਲ ਪੜ ਚੁੱਕੇ ਆ ਤੇ ਹੁਣ ਅਸੀਂ ਪੜਦੇ ਨੇਸਟਡ ਇਫ ਐਲਸ ਨੇਸਟਡ ਇਫ ਐਲਸ ਦਾ ਕੀ मीनिंग ਆ ਅਸੀਂ ਇੱਕ ਇਫ ਐਲਸ ਦੇ ਵਿੱਚ ਇੱਕ ਹੋਰ ਇਫ ਐਲਸ ਜਿਹੜੀ ਹੈਗੀ ਸਟੇਟਮੈਂਟ ਯੂਜ਼ ਕਰਾਂਗੇ ਦੈਨ ਉਹਨੂੰ ਕੀ ਬੋਲ ਦਿੰਦੇ ਆ ਅਸੀਂ ਨੇਸਟਡ ਆਫ ਇਫ ਐਲਸ ਸਟੇਟਮੈਂਟ ਇਫ ਵੀ ਹੈਵ an entire if else construct with either the body of an if statement or the body of an else statement then this is uh, uh, then this construct is known as nested of if else statement ਜੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਵੀ ਇੱਕ ਇਫ ਦੇ ਬਾਡੀ ਦੇ ਵਿੱਚ ਜੇ ਅਸੀਂ ਇੱਕ ਹੋਰ ਇਫ ਯੂਜ਼ ਕਰਦੇ ਆ ਤੇ ਐਲਸ ਦੀ ਬਾਡੀ ਦੇ ਵਿੱਚ ਇੱਕ ਹੋਰ ਐਲਸ ਯੂਜ਼ ਕਰਦੇ ਦੈਟ ਇਜ਼ ਕਾਲਡ ਇਫ ਐਲਸ ਨੈਸਟਡ ਇਫ ਐਲਸ ਠੀਕ ਹੈ ਦੇਖੋ ਇਸ ਤੋਂ ਬਾਅਦ ਉਸ ਸਿਨਟੈਕਸ ਦੇਖਦੇ ਹਾਂ ਦਾ ਇਫ ਕੰਡੀਸ਼ਨ ਕਰਲੀ ਬਰੇਸ ਸਟਾਰਟ ਇਫ ਅਨਦਰ ਇਫ ਲਗਾਤਾ ਇਫ ਕੰਡੀਸ਼ਨ ਸਟੇਟਮੈਂਟ ਬਲੋਕ 1 ਐਲਸ ਸਟੇਟਮੈਂਟ ਬਲੋਕ 2 ਕਰਲੀ ਬਰੇਸ ক্লোਜ਼ ਐਲਸ ਸਟੇਟਮੈਂਟ ਬਲੋਕ 3 ਇਸ ਜਿਹੜਾ ਨੈਸਟਡ ਇਫ ਇਹ ਵਰਕ ਕਿਵੇਂ ਕਰਦਾ ਹੈਗਾ ਪਹਿਲਾ ਇਫ ਫਰਸਟ ਇਫ ਜਿਹੜਾ ਹੈਗਾ ਉਹ ਐਗਜ਼ੀਕਿਊਟ ਹੋਗਾ ਕੰਡੀਸ਼ਨ ਚੈੱਕ ਹੋਊਗੀ ਜੇਕਰ ਕੰਡੀਸ਼ਨ ਟru ਆਉਂਦੀ ਹੈ ਤਾਂ ਸੈਕੰਡ ਲਈ ਜਿਹੜਾ ਹੈਗਾ ਸਾਡੇ ਕੋਲੇ ਅਸੀਂ ਸੈਕੰਡ ਇਫ ਤੇ ਪਹੁੰਚ ਜਾਗੇ ਜੇ ਸਾਡੇ ਕੋਲੇ ਸੈਕੰਡ ਇਫ ਸੈਕੰਡ ਇਫ ਜਿਹੜੀ ਹੈਗੀ ਸਾਡੇ ਕੋਲੇ ਜਿਹੜੀ ਸੈਕੰਡ ਇਫ ਸਾਡੇ ਕੋਲੇ ਹੈਗੀ ਐਗਜ਼ੀਕਿਊਟ ਹੋਊਗੀ then ਅਗਰ ਕੰਡੀਸ਼ਨ ਟ੍ਰੂ ਆਉਂਦੀ ਹੈ ਸੈਕੰਡ ਇਫ ਦੇ ਤਾਂ ਸਾਡੇ ਕੋਲੇ ਸਟੇਟਮੈਂਟ ਬਲਾਕ 1 ਐਗਜ਼ੀਕਿਊਟ ਹੋਗਾ ਅਗਰ ਸੈਕੰਡ ਇਫ ਦੀ ਕੰਡੀਸ਼ਨ ਸਾਡੇ ਕੋਲੇ ਫਾਲਸ ਆਉਂਦੀ ਆ ਤਾਂ ਸਾਡੇ ਕੋਲੇ ਕੀ ਆ ਐਲਸ ਵਾਲਾ ਪੋਰਸ਼ਨ ਜਿਹੜਾ ਹੈਗਾ ਉਹ ਸਟੇਟਮੈਂਟ ਬਲਾਕ 2 ਉਹ ਐਗਜ਼ੀਕਿਊਟ ਹੋਗਾ ਅਗਰ ਸਾਡੇ ਕੋਲੇ ਫਰਸਟ ਜਿਹੜੀ ਇਫ ਦਿੱਤਾ ਹੋਇਆ ਫਰਸਟ ਇਫ ਦੀ ਕੰਡੀਸ਼ਨ ਸਾਡੇ ਕੋਲੇ ਫਾਲਸ ਆ ਜਾਂਦੀ ਹੈ then ਫਿਰ ਸਾਡਾ ਕੀ ਆ ਅ ਐਲਸ ਜਿਹੜਾ ਹੈਗਾਗਾ ਅ execute ਹੋਊਗਾ స్టేట్మెంట్ బ్లాక్ ఆఫ్ 3 ਇਸ ਤੋਂ ਬਾਅਦ ਹੁਣ ਤੱਕ ਅਸੀਂ ਡਿਸੀਜਨ 메ਕਿੰਗ ਜਿਹੜੀਆਂ ਹੈਗੇ ਸਟੇਟਮੈਂਟਸ ਪੜ ਚੁੱਕੇ ਆ ਉਹ ਵਿੱਚ ਤਿੰਨ ਤਰ੍ਹਾਂ ਦੀ ਸਟੇਟਮੈਂਟਸ ਜਿਹੜੀਆਂ ਆਪਾਂ ਕਰ ਚੁੱਕੇ ਆਂਗੇ ਇਫ ਇਫ ਐਲਸ ਤੇ ਨੇਸਟਡ ਇਫ ਐਲਸ ਠੀਕ ਹੈ ਦੈਨ ਹੁਣ ਅਸੀਂ ਕੀ ਕਰਦੇ ਆ ਲੂਪਿੰਗ ਸਟੇਟਮੈਂਟਸ ਮੈਨੀ ਪ੍ਰੋਬਲਮ ਰਿਕੁਆਇਰ ਦੈਟ ਆ ਸੈਟ ਆਫ ਸਟੇਟਮੈਂਟਸ ਸ਼ੁੱਡ ਬੀ ਐਗਜ਼ੀਕਿਊਟਡ ਮੋਰ ਦੈਨ 1 ਟਾਈਮ Each time changing the value of one or more variables so that every execution is different from the previous one. Hanji ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਸਾਨੂੰ ਕਈ ਵਾਰ ਕੀ ਹੁੰਦਾ ਸਿੰਗਲ ਸਟੇਟਮੈਂਟ ਜਾਂ ਗਰੁੱਪ ਆਫ ਸਟੇਟਮੈਂਟਸ ਜਿਹੜੀਆਂ ਹੈਗੀਆਂ ਉਹਨੂੰ ਇੱਕ ਤੋਂ ਜ਼ਿਆਦਾ ਵਾਰ ਐਗਜ਼ੀਕਿਊਟ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤੇ ਹਰ ਵਾਰ ਜਿਹੜਾ ਸਾਡਾ ਰਿਜ਼ਲਟ ਆ ਉਹ ਪਿਛਲੇ ਰਿਜ਼ਲਟ ਤੋਂ ਡਿਫਰੈਂਟ ਹੋਣਾ ਚਾਹੀਦਾ ਤਾਂ ਇਸ ਪਰਪਸ ਦੇ ਲਈ ਹੀ ਅਸੀਂ ਕਿਹੜੀਆਂ ਲੂਪਿੰਗ ਸਟੇਟਮੈਂਟਸ ਜਿਹੜੀਆਂ ਯੂਜ਼ ਕਰਦੀਆਂ दिस ਕਾਈਂਡ ਆਫ ਅ ਰਿਪੀਟੀਸ਼ਨ ਐਗਜ਼ੀਕਿਊਸ਼ਨ ਆਫ ਸੈਟ ਆਫ ਸਟੇਟਮੈਂਟਸ ਇਨ ਆ ਪ੍ਰੋਗਰਾਮ ਇਜ਼ ਨਾਉਨ ਐਜ਼ ਇੰਟਰੇਟਿਵ ਲੂਪ ਤਾਂ ਇਸ ਟਾਈਪ ਦੀਆਂ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਨੇ ਜਿਹੜੀਆਂ ਰਿਪੀਟਿੰਗ ਨੂੰ ਐਗਜ਼ੀਕਿਊਟ ਕਰਵਾਉਣ ਦੇ ਲਈ ਯੂਜ਼ ਹੁੰਦੀਆਂ ਨੇ ਉਹਨਾਂ ਨੂੰ ਕੀ ਬੋਲਦੇ ਨੇ ਅਸੀਂ ਇੰਟਰੇਟਿਵ ਲੂਪ ਜਾਂ ਲੂਪਿੰਗ ਸਟੇਟਮੈਂਟਸ ਤਾਂ ਹੁਣ ਸਾਡੇ ਕੋਲ ਅੱਗੇ ਹੈਗੀਆਂ ਲੂਪ ਸਟੇਟਮੈਂਟਸ ਦੀਆਂ ਟਾਈਪਸ ਅਸੀਂ ਦੇਖਦੇ ਆ ਸਾਡੇ ਕੋਲੇ 3 ਟਾਈਪ ਦੀਆਂ ਲੂਪਿੰਗ ਸਟੇਟਮੈਂਟਸ ਆ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਹੈਗਾ ਅਸੀਂ ਇੱਕ ਤੋਂ ਜ਼ਿਆਦਾ ਵਾਰ ਸਟੇਟਮੈਂਟਸ ਨੂੰ ਜਿਹੜੀਆਂ ਐਗਜ਼ੀਕਿਊਟ ਕਰਵਾ ਸਕਦੇ ਹਾਂ ਤਾਂ ਉਹ ਤਿੰਨ ਟਾਈਪ ਕਿਹੜੀਆਂ-ਕੜੀਆਂ ਨੇ ਫਰਸਟ ਮੈਨ ਹੈਗੇ ਸਾਡੇ ਕੋਲੇ ਵਾਈਲ ਲੂਪ ਸਟੇਟਮੈਂਟ ਸੈਕੰਡ ਹੈਗੇ ਸਾਡੇ ਕੋਲੇ ਡੂ ਵਾਈਲ ਲੂਪ ਸਟੇਟਮੈਂਟ ਥਰਡ ਹੈਗੇ ਸਾਡੇ ਕੋਲੇ ਫਾਰ ਲੂਪ ਸਟੇਟਮੈਂਟ ਫਰਸਟ ਅਸੀਂ ਗੱਲ ਕਰਦੇ ਹਾਂ ਵਾਈਲ ਲੂਪ ਸਟੇਟਮੈਂਟ ਦੀ ਵਾਈਲ ਸਟੇਟਮੈਂਟ it is the fundamental repetitive control structure in c program uh, while statement jdi hai gi fundamental repetitive control structure a c program de vich while loop is suited for the ਪ੍ਰੋਬਲਮ ਵੀ ਆਰ ਇਟ ਇਜ਼ ਨੋਟ ਨਾਉਨ ਇਨ ਐਡਵਾਂਸ ਥੈਟ ਹਾਊ ਮੈਨੀ ਟਾਈਮਸ ਆ ਸਟੇਟਮੈਂਟਸ অর ਸੈਟ ਆਫ ਸਟੇਟਮੈਂਟ ਵਿਲ ਬੀ ਐਗਜ਼ੀਕਿਊਟ ਵਾਈਲ ਲੂਪ ਦਾ ਯੂਜ਼ ਅਸੀਂ ਉੱਥੇ ਸੂਟੇਬਲ ਮੰਨਦੇ ਆ ਜਾਂ ਉੱਥੇ ਕਰਦੇ ਆ ਜਿੱਥੇ ਸਾਨੂੰ ਐਡਵਾਂਸ ਦੇ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਸੈਟ ਆਫ ਸਟੇਟਮੈਂਟਸ ਜਾਂ ਸਿੰਗਲ ਸਟੇਟਮੈਂਟਸ ਨੂੰ ਅਸੀਂ ਕਿੰਨੇ ਵਾਰ ਐਗਜ਼ੀਕਿਊਟ ਕਰਵਾਉਣਾ ਹੈ ਤਾਂ ਉੱਥੇ ਅਸੀਂ ਜਿਹੜਾ ਹੈਗਾ ਵਾਈਲ ਲੂਪ ਦਾ ਯੂਜ਼ ਕਰਦੇ ਆਂ ਅੱਜ ਤੋਂ ਅੱਗੇ ਅਸੀਂ ਵਾਈਲ ਲੂਪ ਦਾ ਸਿੰਟੈਕਸ ਦੇਖਣੀ ਹੈ ਵਾਈਲ ਕੰਡੀਸ਼ਨ ਕਰਲੀ ਬਰੇਸ ਸਟਾਰਟ ਸੈਟ ਆਫ ਸਟੇਟਮੈਂਟਸ ਕਰਲੀ ਬਰੇਸ ক্লোਜ਼ ਤਾਂ ਇਹ ਵਾਈਲ ਜਿਹੜਾ ਹੈਗਾ ਵਰਕ ਕਿਵੇਂ ਕਰੂਗਾ ਪਹਿਲਾਂ ਕੀ ਹੋਊਗਾ ਕੰਡੀਸ਼ਨ ਚੈੱਕ ਹੋਊਗੀ ਆਗਰ ਕੰਡੀਸ਼ਨ ਜਿੰਨਾ ਚਿਰ ਕੰਡੀਸ਼ਨ ਟ੍ਰੂ ਰਹੂਗੀ ਉਨਾ ਟਾਈਮ ਸਾਡੇ ਕੋਲੇ ਸੈਟ ਆਫ ਸਟੇਟਮੈਂਟ ਜਿਹੜੀਆਂ ਹੈਗੀਆਂ ਐਗਜ਼ੀਕਿਊਟ ਹੋਣਗੀਆਂ ਜਦੋਂ ਸਾਡੇ ਕੋਲੇ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਉਦੋਂ ਹੀ ਉਦੋਂ ਹੀ ਸਾਡੇ ਕੋਲੇ ਜਿਹੜਾ ਹੈਗਾ ਉਹ execute hona band ho jayega te sade kol ki hai end ho jugi program di is to baad hai ga sade kol do while statement do while is another repetitive control structure provided by c it is a most same as that of while loop and used for the problem where it is not known in advance that how many time the statement block will be executed ਅੱਜ ਜਿਵੇਂ ਅਸੀਂ ਪਹਿਲਾਂ ਵਾਈਲੂਪ ਪੜ ਚੁੱਕੇ ਹਾਂ ਵਾਈਲੂਪ ਦੇ ਵਿੱਚ ਅਸੀਂ ਪੜਿਆ ਹੈਗਾ ਵੀ ਅਸੀਂ ਵਾਈਲੂਪ ਦਾ ਯੂਜ਼ ਉੱਥੇ ਕਰਦੇ ਹਾਂ ਜਦੋਂ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਿੰਨੇ ਵਾਰ ਜਿਹੜਾ ਹੈਗਾ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਵਾਉਣਾ ਡੂ ਵਾਈਲੂਪ ਵੀ ਉਸੇ ਤਰ੍ਹਾਂ ਦੀ ਹੀ ਲੂਪ ਹੈ ਜਿੱਥੇ ਸਾਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਿੰਨੇ ਵਾਰ ਜਿਹੜਾ ਹੈਗਾ ਸਟੇਟਮੈਂਟ ਨੂੰ ਐਗਜ਼ੀਕਿਊਟ ਕਰਵਾਉਣਾ ਉੱਥੇ ਅਸੀਂ ਡੂ ਵਾਈਲ ਦਾ ਯੂਜ਼ ਕਰਦੇ ਆ ਬਸ ਇੱਕ ਛੋਟਾ ਜਿਹਾ ਡਿਫਰੈਂਸ ਰਹਿ ਜਾਂਦਾ ਵਾਈਲ ਤੇ ਡੂ ਵਾਈਲ ਦੇ ਵਿੱਚ ਵਾਈਲ ਦੇ ਵਿੱਚ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਆ ਫਿਰ ਸਟੇਟਮੈਂਟਸ ਐਗਜ਼ੀਕਿਊਟ ਹੁੰਦੀ ਆ ਡੂ ਵਾਈਲ ਦੇ ਵਿੱਚ ਪਹਿਲਾਂ ਕੀ ਆ ਸਟੇਟਮੈਂਟ execute ਹੋਣਗੀਆਂ then ਇਸ ਤੋਂ ਬਾਅਦ ਕੀ ਇਹ ਕੰਡੀਸ਼ਨ ਚੈੱਕ ਹੋਊਗੀ ਇਟਸ ਮੀਨਸ ਫਰਸਟ ਸਟੇਟਮੈਂਟ ਜਿਹੜੀ ਹੈਗੀ ਆ ਉਹ ਐਗਜ਼ੀਕਿਊਟ ਹੋਊਗੀ ਇਸ ਤੋਂ ਬਾਅਦ ਅਗਰ ਕੰਡੀਸ਼ਨ ਟ੍ਰੂ ਹੁੰਦੀ ਆ ਤਾਂ ਸੈਕੰਡ ਟਾਈਮ ਉਹ ਸਟੇਟਮੈਂਟ ਐਗਜ਼ੀਕਿਊਟ ਹੋਊਗੀ ਜਦੋਂ ਤੱਕ ਸਾਡੀ ਕੰਡੀਸ਼ਨ ਟ੍ਰੂ ਆਈ ਜਾਊਗੀ ਉਹਨੇ ਟਾਈਮ ਤੱਕ ਜਿਹੜਾ ਹੈਗਾ ਸਾਡੇ ਕੋਲੇ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ ਥਰਡ ਵਨ ਹੈਗੇ ਸਾਡੇ ਕੋਲੇ ਫੋਰ ਲੂਪ ਸਟੇਟਮੈਂਟ ਫੋਰ ਲੂਪ ਇਜ਼ ਅ ਕਾਊਂਟ ਕੰਟਰੋਲਡ ਲੂਪ ਇਨ ਸੈਂਸ that the program now in advance how many times the loop is to be execute assi hun tak do tarah diyan loops pad chukke ha while te do while do while te while statements ਉਥੇ ਅਸੀਂ ਯੂਜ਼ ਕਰਦੇ ਸੀ ਜਿੱਥੇ ਸਾਨੂੰ ਕੀ ਹੈ ਇਨ ਅਡਵਾਂਸ ਵਿੱਚ ਕੁਝ ਵੀ ਨਹੀਂ ਪਤਾ ਹੁੰਦਾ ਸੀ ਵੀ ਇੱਕ ਸਟੇਟਮੈਂਟ ਨੂੰ ਜਿਹੜਾ ਅਸੀਂ ਕਿੰਨੇ ਵਾਰ ਐਗਜ਼ੀਕਿਊਟ ਕਰਵਾਉਣਾ ਬਟ ਹੁਣ ਕੀ ਹੈ ਫੋਰ ਲੂਪ ਦਾ ਯੂਜ਼ ਅਸੀਂ ਉਥੇ ਕਰਦੇ ਹਾਂ ਜਿੱਥੇ ਸਾਨੂੰ ਇਹ ਪਤਾ ਹੁੰਦਾ ਹੈ ਵੀ ਅਸੀਂ ਆਪਣੇ ਸਟੇਟਮੈਂਟਸ ਨੂੰ ਕਿੰਨੇ ਵਾਰ ਐਗਜ਼ੀਕਿਊਟ ਕਰਵਾਉਣਾ ਲਾਈਕ ਅਸੀਂ ਉਹਨੂੰ 5 ਟਾਈਮ ਐਗਜ਼ੀਕਿਊਟ ਕਰਵਾਉਣਾ 10 ਟਾਈਮ ਐਗਜ਼ੀਕਿਊਟ ਕਰਵਾਉਣਾ ਜਾਂ ਜਿੰਨੇ ਵੀ ਅਸੀਂ ਵਾਰੀ ਉਸਨੂੰ ਐਗਜ਼ੀਕਿਊਟ ਕਰਵਾਉਣਾ ਚਾਹੁੰਦੇ ਆ ਕਰਵਾ ਸਕਦੇ ਆ ਫੋਰ ਲੂਪ ਜਿਹੜੀ ਹੈਗੀ ਆ ਤਿੰਨ ਤਰ੍ਹਾਂ ਜਿਹੜੀਆਂ ਥਿੰਗਸ ਆ ਉਹਨਾਂ ਨੂੰ ਫਾਲੋ ਕਰਦੇ ਇੱਕ ਸਿੰਗਲ ਲਾਈਨ ਦੇ ਵਿੱਚ ਤਿੰਨ ਚੀਜ਼ਾਂ ਲੈਂਦੀ ਆ ਫਰਸਟ ਕੀ ਆ ਸਾਡੇ ਕੋਲੇ ਇੱਕ ਲੂਪ ਕਾਊਂਟਰ ਹੈ ਸੈਟ ਕੀਤਾ ਜਾਂਦਾ ਜਿਸ ਨੂੰ ਕਿ ਇਨੀਸ਼ੀਅਲ ਵੈਲਿਊ ਸائن ਕੀਤੀ ਜਾਂਦੀ ਆ ਸੈਕੰਡ ਜਿਹੜਾ ਹੈਗਾ ਕੰਡੀਸ਼ਨ ਚੈੱਕ ਕੀਤੀ ਜਾਂਦੀ ਹੈਗੀ ਲੂਪ ਕਾਊਂਟਰ ਦੇ ਦੁਆਰਾ ਥਰਡ ਜਿਹੜਾ ਹੈਗਾ ਲੂਪ ਕਾਊਂਟਰ ਦੀ ਜਿਹੜੀ ਵੈਲਿਊ ਆ ਇਨਕਰੀਮੈਂਟ ਤੇ ਡੀਕਰੀਮੈਂਟ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਸਾਡੇ ਕੋਲੇ ਸਿੰਟੈਕਸ ਆਉਂਦਾ ਲੂਪ ਦਾ ਪਹਿਲਾਂ ਅਸੀਂ ਕੀ ਬਣ ਲਵਾਂਗੇ फॉर फिर अनिशलाइजेषन फिर की लवेंगी एक्सप्रेशन लवेंगे दैन फिर इंक्रीमेंट डिक्रीमेंट लवेंगे इग्जाम्पल फॉर फॉर की आई इज इक्वल टू जीरो आई लैस दैन नाइन दैन आई प्लस प्लस यदर की मीनिंग आई असी जड़ी है जीरो वैल्यू असाइन करती इस तो बात कंडीशन लगाती भी जो तक आई जी है नाइन तो लैस रही तो साढ़े को जड़ी हैगी स्टेटमेंट एग्जीक्यूट हो ਤਾਂ ਜਦੋਂ ਇਹ ਸਾਡੇ ਕੋਲ i ਦੀ ਵੈਲਿਊ 9 ਆਉਗੀ ਜਾਂ 9 ਤੋਂ ਅਵਾਬ ਆਉਗੀ ਲਗ 10 ਆਉਗੀ ਤਾਂ ਉੱਥੇ ਹੀ ਸਾਡੀ ਕਿਹੜੀ ਇਕਵੇਸ਼ਨ ਜਿਹੜੀ ਹੈਗੀ ਆ ਉਹ ਖਤਮ ਹੋ ਜਾਊਗੀ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੀਆਂ ਜੰਪਿੰਗ ਸਟੇਟਮੈਂਟਸ ਜੰਪਿੰਗ ਸਟੇਟਮੈਂਟਸ ਤੋਂ ਪਹਿਲਾਂ ਅਸੀਂ ਦੋ ਤਰ੍ਹਾਂ ਦੀਆਂ ਸਟੇਟਮੈਂਟਸ ਪੜ ਚੁੱਕੇ ਹਾਂ ਡਿਸੀਜਨ ਮੇਕਿੰਗ ਸਟੇਟਮੈਂਟਸ ਤੇ ਲੂਪਿੰਗ ਸਟੇਟਮੈਂਟਸ ਥਰਡ ਵਨ ਅਸੀਂ ਕਰਦੇ ਹਾਂ ਜੰਪਿੰਗ ਸਟੇਟਮੈਂਟਸ ਜਿਵੇਂ ਨਾਮ ਤੋਂ ਹੀ ਸਾਨੂੰ ਪਤਾ ਚੱਲ ਰਿਹਾ ਕਿ ਜੰਪਿੰਗ ਸਟੇਟਮੈਂਟਸ ਜਿਹੜੀਆਂ ਹੈਗੀਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਿਹੜਾ ਹੈਗਾ ਉਹ ਕੰਟਰੋਲ ਟਰਾਂਸਫਰ ਕਰਦੀਆਂ ਜੰਪਿੰਗ ਸਟੇਟਮੈਂਟਸ ਆਰ ਯੂਜ਼ਡ ਟੂ ਟਰਾਂਸਫਰ ਦਾ ਕੰਟਰੋਲ ਫਰੋਮ ਬੰਨ ਪਾਰਟ ਆਫ ਦਾ ਪ੍ਰੋਗਰਾਮ ਟੂ ਅਨਦਰ ਪਾਰਟ ਜੰਪਿੰਗ ਸਟੇਟਮੈਂਟਸ ਉੱਥੇ ਯੂਜ਼ ਕੀਤੀਆਂ ਜਾਂਦੀਆਂ ਜਿੱਥੇ ਸਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰਤ ਹੁੰਦੀ ਹੈ ਵੀ ਅਸੀਂ ਇੱਕ ਜਗ੍ਹਾ ਤੋਂ ਜਿਹੜਾ ਹੈਗਾ ਦੂਸਰੀ ਜਗ੍ਹਾ ਆਪਣਾ ਕੰਟਰੋਲ ਜਿਹੜਾ ਹੈ ਟਰਾਂਸਫਰ ਕਰਨਾ ਲਾਈਕ ਅਸੀਂ ਕਿ ਇਹ ਵਿੱਚੋਂ ਕੁਝ ਸਟੇਟਮੈਂਟਸ ਸਕਿਪ ਕਰਨੀਆਂ ਜਿਹੜੀਆਂ ਅਸੀਂ ਐਗਜ਼ੀਕਿਊਟ ਨਹੀਂ ਕਰਵਾਉਣੀਆਂ ਠੀਕ ਹੈ ਤਾਂ ਇਸ ਤੋਂ ਬਾਅਦ ਸਾਡੇ ਕੋਲੇ ਜੰਪਿੰਗ ਸਟੇਟਮੈਂਟ ਸਾਡੇ ਕੋਲੇ 3 ਟਾਈਪਸ ਦੇ ਹਨ ਬ੍ਰੇਕ ਸਟੇਟਮੈਂਟ ਕੰਟੀਨਿਊ ਸਟੇਟਮੈਂਟ ਤੇ ਗੋ ਟੂ ਸਟੇਟਮੈਂਟ ਫਸਟ ਅਸੀਂ ਗੱਲ ਕਰਦੇ ਆ ਬ੍ਰੇਕ ਸਟੇਟਮੈਂਟ ਦੀ ਦਾ ਬ੍ਰੇਕ ਸਟੇਟਮੈਂਟ ਇਜ਼ ਆਲਵੇ ਯੂਜ਼ਡ ਇਨਸਾਈਡ ਦਾ ਬਾਡੀ ਆਫ ਸਵਿਚ ਸਟੇਟਮੈਂਟ ਬ੍ਰੇਕ ਸਟੇਟਮੈਂਟ ਹਮੇਸ਼ਾ ਜਿਹੜਾ ਹੈਗਾ ਸਾਡੇ ਕੋਲੇ ਸਵਿਚ ਦੀ ਬਾਡੀ ਦੇ ਵਿੱਚ ਯੂਜ਼ ਕਰਦੇ ਆ ਇਟ ਕੈਨ ਬੀ ਯੂਜ਼ਡ ਇਨ ਐਨੀ ਆਫ ਦਾ ਲੂਪ ਸਟੇਟਮੈਂਟ ਫਾਰ ਟ੍ਰਾਂਸਫਰ ਕੰਟਰੋਲ fromParams ਦਾ ਲੂਪ ਟੂ ਸਟੇਟਮੈਂਟ ਇਮੀਡੀਟਲੀ ਜਿੱਥੇ ਹੀ ਸਾਨੂੰ ਰਿਜ਼ਲਟ ਮਿਲ ਜਾਂਦਾ ਉਸ ਤੋਂ ਬਾਅਦ ਦੀ ਜਿਹੜੀਆਂ ਸਟੇਟਮੈਂਟਸ ਆ ਉਹਨਾਂ ਨੂੰ ਕੀ ਆ ਐਗਜ਼ੀਕਿਊਟ ਨਹੀਂ ਹੋਣ ਦਿੱਤਾ ਜਾਂਦਾ ਉਥੋਂ ਤੱਕ ਹੀ ਸਾਡੀ ਐਗਜ਼ੀਕਿਊਸ਼ਨ ਹੁੰਦੀ ਹੈ ਜਿੱਥੋਂ ਤੱਕ ਸਾਡੇ ਕੋਲੇ ਕੀ ਆ ਸਾਨੂੰ ਰਿਜ਼ਲਟ ਮਿਲ ਜਾਂਦਾ ਆ ਇਨ ਸਵਿਚ ਸਟੇਟਮੈਂਟ ਇਜ਼ ਯੂਜ਼ਡ ਐਸ ਦਾ ਲਾਸਟ ਸਟੇਟਮੈਂਟ ਆਫ ਦਾ ਬਲਾਕ ਐਵਰੀ ਕੇਸ ਐਕਸੈਪਟ ਦਾ ਲਾਸਟ ਵਨ ਆ ਹਰੇਕ ਕੇਸ ਦੇ ਵਿੱਚ ਲਾਸਟ ਅਸੀਂ ਵਿਚ ਸਟੇਟਮੈਂਟ ਦੇ ਵਿੱਚ ਕੀ ਆ ਬ੍ਰੇਕ ਸਟੇਟਮੈਂਟ ਲਗਾਉਨੇ ਆ ਇਹ ਟ੍ਰਾਂਸਫਰ ਦਾ ਕੰਟਰੋਲ ਆਊਟ ਆਫ ਸਵਿਚ ਸਟੇਟਮੈਂਟ ਐਂਡ ਦਾ ਪ੍ਰੋਗਰਾਮ ਕੰਟੀਨਿਊ ਇਟਸ ਐਗਜ਼ੀਕਿਊਸ਼ਨ ਫਰੋਮ ਦਾ ਸਟੇਟਮੈਂਟ ਫਾਲੋਇੰਗ ਦਾ ਸਵਿਚ ਇੱਕ ਹੀ ਕਰਦੀ ਹੈ ਕੰਟਰੋਲ ਜਿਹੜਾ ਹੈਗਾ ਸਵਿਚ ਸਟੇਟਮੈਂਟ ਨੂੰ ਵਾਪਸ ਭੇਜਦੀ ਹੈ ਤੇ ਸਵਿਚ ਸਟੇਟਮੈਂਟ ਉਦੋਂ ਤੱਕ ਜਿਹੜੀ ਹੈਗੀ ਆ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਕੰਟੀਨਿਊ ਰਹੂਗੀ ਜਦੋਂ ਤੱਕ ਕੀ ਹੈ ਸਵਿਚ ਸਟੇਟਮੈਂਟਸ ਨੂੰ ਰਿਜ਼ਲਟ ਨਹੀਂ ਮਿਲਦਾ ਹੈ ਜਦ ਤੱਕ ਸਵਿਚਸ ਦੇ ਵਿੱਚ ਦਿੱਤੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਟru ਰਹਿੰਦੀ ਆ ਇਸ ਤੋਂ ਬਾਅਦ ਸਾਡੇ ਕੋਲੇ ਸਿੰਟੈਕਸ ਦਾ ਬ੍ਰੇਕ ਦਾ ਅਸੀਂ ਬ੍ਰੇਕ ਕੀ ਬਣ ਲਵਾਂਗੇ ਦੈਨ ਸੈਮੀ ਕੋਲਨ ਲਗਾਵਾਂਗੇ ਇਸ ਤੋਂ ਬਾਅਦ ਸਾਡੇ ਕੋਲੇ ਕੀ ਹੈ ਕੰਟੀਨਿਊ ਸਟੇਟਮੈਂਟ ਬ੍ਰੇਕ ਸਟੇਟਮੈਂਟ ਕੀ ਸੀਗੀ ਕੰਟਰੋਲ ਬ੍ਰੇਕ ਕਰਦੀ ਸੀ ਤੇ ਕੰਟੀਨਿਊ ਸਟੇਟਮੈਂਟ ਕੀ ਕਰਦੀ ਆ ਉਸ ਹੀ ਕੰਟਰੋਲ ਨੂੰ ਜਿਹੜਾ ਹੈ ਕੰਟੀਨਿਊ ਰੱਖਦੀ ਹੈ ਦ ਕੰਟੀਨਿਊ ਸਟੇਟਮੈਂਟ ਯੂਜ਼ਡ ਇਨ ਸਾਈਡ ਦ ਬਾਡੀ ਆਫ ਲੂਪ ਦ ਬ੍ਰੇਕ ਸਟੇਟਮੈਂਟ terminate the control but continue statement does not terminate the control but transfer control the first statement of the program jisme assi pehla pad ke chukke break statement ki kardi hai program terminate kar dinde jadon sade kole result mel janda ta us to baad wale statements jehdi hai hagiyan sariyan onna nu execute assi nahi karde jithe result mil gaya utthe sada control ki ho juga terminate ho juga out ho juga with the help of a break statement but continue statement ki kardi hai jo bhi sade kole है जो हो, अंड हो वाली स्टेटमेंट से पहुंच जाएंगे तो ऑटोमैटिकली कंटीन्यू स्टेटमेंट जी है फस्ट स्टेटमेंट से चली जाऊगी प्रोग्राम से कंट्रोल जो है कितने पहुंच जूगा ट्रांसफर हो जाऊगा फस्ट स्टेटमेंट से इस तुंबाडे कंटीन्यू स्टेटमेंट का सिंटैक्स आ जाता तो की बन लवें कंटिन्यू दैन सैमीकोलन इस तुं बादले थे। की है थैंक यू अपिक कंट्रोल स्टेटमेंट्स